किधर है गए यार? हेलो, ओए मेरी गाल सुन यार, की कर रहे हो यार? अगे मुझे होने हेलो की हाल चाल ने जीवे कि तुसी देख रहे हो ताड़ा बोलती बंद आया हैगा बोलते बुलट दे उत्ते आया मैं स्पेशली गल्ला बातें करन दे वास्ते ते जिवें कि तुसी हुण देख ही लिया है कि मैं बुलट दे उत्ते बैठा होया हुण मैं इत्थों उतर के करनियां गल्ला बातें आओ फिर चलदे हां ना चलिए फिर चलो यारो मैनू बिठा ते गए ने हुण लाऊगा कौन ओ कोई ला दो यार ओए एक मिनट तुसी अगे चलो मैं इधर उतर के आना शुक्र है किसी ने देखा नहीं सर हेलो सर हेलो आपका नाम अशोक कुमार तुम्हारा नाम गोपाल चोपड़ा गोपाल जी ते अशोक जी तुसी आ किद्दा चला लंदे हो बाइक नाल हथां दे नाल हथां पैर दोनों दे नाल मेरे ना पैर लगे ना हाथ लगे की करना चाहिए बाइक सीखन वास्ते तो सौखा तरीका दिमाग तो डाइटेज है मतलब तानू डाउट है अपने ते दसो किद्दा मतलब किद्दा जल्दी किद्दा सीख सकदे जल्दी तो बस किसी दे पीछे ही बैठ सकदे सीख ता सकदे नहीं फिर अच्छा जी मतलब कि मैं हुन किसे दे पीछे बैठूंगा ता ही मेनू पता लगेगा कि बाइक किद्दा सीखदे खैर आज मेरे को तुहाडे लई हैगा एक सवाल पूछ लां पूछो जी पूछो ठीक है मेरा सवाल ए है ओ केड़ी चीज है जेड़ी असि 10 रुपए दी बाजारों ले के आने आ सिर्फ 10 रुपए दी हुंदी है ते जदों असि घर च लियाने आ ते पूरा घर भर जांदा है अशोक जी की मतलब अशोक जी नु तुसी कमेटी पाई है जेड़ी मिंट के बाद पुछदे जे है अशोक जी दसो फिर तुसी अशोक जी 10 रुपए नाल करके सा पड़दा केड़ी चीज होई है नहीं पता ही नहीं तानू नहीं पता नहीं तानू भी नहीं पता मैं भी नहीं दसना My name is Bolti Band. Really? Yeah. You are not Bolti Band. ਇਹਨਾਂ ਨੂੰ ਕਿੱਦਾਂ ਪਤਾ ਲੱਗਾ? ਗੈਰ ਅੰਕਲ ਮੇਰੇ ਕੋਲ ਇੱਕ ਸਵਾਲ ਹੈ। ਉਹ ਇਹ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਬਾਜ਼ਾਰ ਤੋਂ ਸਿਰਫ 10 ਰੁਪਏ ਚ ਲੈ ਕੇ ਆਨੇ ਆ ਪਰ ਉਹਦੇ ਨਾਲ ਪੂਰਾ ਘਰ ਭਰ ਜਾਂਦਾ। ਐਸੀ ਕੋਈ ਚੀਜ਼ ਲੱਗਦੀ ਨਹੀਂ ਕੋਈ ਮਿਲਦੀ ਹੈ। ਬਹੁਤ ਹੈ ਯਾਰ ਤੁਹਾਨੂੰ ਨਹੀਂ ਪਤਾ। ਦੱਸ ਦੇ ਬੇਟਾ ਮੈਂ ਤਾਂ ਛੋਟਾ ਹਾਂ ਤੇ ਤੂੰ ਸਿੱਖ ਲੈ। ਮੈਨੂੰ ਤਾਂ ਤੁਸੀਂ ਛੋਟੇ ਜੇ ਲੱਗਦਾ ਹੈ ਮੈਨੂੰ ਤਾਂ ਪਤਾ ਹੀ ਨਹੀਂ 10 ਰੁਪਏ ਦੀ ਕੀ ਚੀਜ਼ ਮਿਲਦੀ ਹੈ। ਮੇਰੇ ਤੋਂ ਵੱਡੇ ਵੀ ਹੋ ਤੇ ਮੇਰੇ ਤੋਂ ਅਮੀਰ ਵੀ ਹੋ। ਨਹੀਂ ਅਮੀਰ ਤਾਂ ਮੈਂ ਹਾਂ ਕਿਉਂਕਿ ਖੁਸ਼ੀਆਂ 'ਚ ਅਮੀਰ ਹਾਂ। ਓਏ ਹੋਏ ਕੀ ਬਾਤ ਹੈ ਅੰਕਲ ਬੜੀ ਕੈਂਟ ਗੱਲ ਕਹਿ ਦਿੱਤੀ ਹੈ। ਵੈਸੇ ਮੇਰੇ ਕੋਲ 1 ਰੁਪਿਆ ਨਹੀਂ ਹੈਗਾ ਦੇ ਦਿਓ ਥੋੜੇ ਜਿਹੇ ਪੈਸੇ ਫਿਰ ਮੈਂ ਵੀ ਅਮੀਰ ਹੋ ਜਾਵਾਂ। ਕਿਉਂਕਿ ਅਮੀਰ ਹੈ। ਹਾਂ ਖੁਸ਼ੀਆਂ ਖੁਸ਼ੀਆਂ ਵੀ ਖਰੀਦ ਵੈਸੇ ਖੁਸ਼ੀਆਂ ਖਰੀਦਣੀ ਨਾ ਚਾਹੀਦੀ। ਨਹੀਂ ਨਹੀਂ ਖਰੀਦਣੀ ਵੀ ਨਹੀਂ ਚਾਹੀਦੀ। ਬੜੀ ਮਹਿੰਗੀ ਹੁੰਦੀ ਨਹੀਂ ਤਾਂ। ਮਹਿੰਗੀ ਹੁੰਦੀ ਆ। ਜੇ ਖਰੀਦਣ ਲੱਗੋ ਤਾਂ ਨਹੀਂ ਤਾਂ ਮੁਫਤ ਮਿਲਦੀਆਂ। ਵਾਹ ਜੀ ਵਾਹ ਅੰਕਲ ਨੇ ਇੱਕ ਗੱਲ ਬੜੀ ਘੈਂਟ ਕਹੀ ਹੈ ਤੇ ਮੈਂ ਤੁਹਾਨੂੰ ਇਹਦਾ ਜਵਾਬ ਦੇ ਦਿੰਦਾ। ਉਹ ਹੈਗਾ ਆ ਮੋਮਬੱਤੀ ਤੇ ਮਾਚਿਸ। ਜਦੋਂ ਅਸੀਂ ਘਰ ਲਿਆਨੇ ਹੈਗੇ ਆ ਤੇ ਘਰ ਆ ਕੇ ਜਲਾਓ ਤੇ ਰੋਸ਼ਨੀ ਨਾਲ ਕਮਰਾ ਭਰ ਜਾਂਦਾ ਹੈ। ਤੇਰੀ ਬੇਕੋ ਠੀਕ ਘੈਂਟ ਤਾਂ ਤੂੰ ਵੀ ਆ। ਓਏ ਓਏ ਆ ਮੇਰਾ ਛੋਟਾ ਘੈਂਟ ਹੈ। ਏ ਬੜੀ ਬੜਾ ਸ਼ੈਵੀ ਮੈਟ ਯੂ। ਚਲੋ ਜੀ ਹੁਣ ਪੁੱਛਦੇ ਇਹਨਾਂ ਕੋਲ ਸਵਾਲ। ਹੈਲੋ ਮੈਡਮ। ਹੈਲੋ ਜੀ। ਤੁਸੀਂ ਵੇਟ ਕਰ ਰਹੇ ਹੋ? ਕਿਤਾ ਕਿਸੇ ਦਾ ਵੀ ਐਵੇਂ ਹੀ? ਨਹੀਂ ਅਸੀਂ ਤਾਂ ਸੈਰ ਕਰਨ ਜਾ ਰਹੇ। ਅੱਛਾ ਅੱਛਾ ਮੈਨੂੰ ਲੱਗਾ ਤੁਸੀਂ ਵੇਟ ਕਰ ਰਹੇ ਹੋ। ਉਹ ਵੀ ਬੋਲਤੀ ਬੰਦ ਦਾ। ਅੱਛਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਸੈਰ ਕਰਨ ਆਏ? ਹਾਂਜੀ। ਜ਼ਰੂਰੀ ਹੈ ਸੈਰ ਕਰਨੀ? ਹਾਂਜੀ ਜ਼ਰੂਰੀ ਹੈ। ਜਿਹੜੀ ਬੁਲਟ ਤੇ ਸੈਰ ਕਰੀ ਦੀ ਉਹ ਸਹੀ ਨਹੀਂ ਹੁੰਦੀ? ਕਿਤੇ ਬੁਲਟ ਦੇ ਉੱਤੇ ਬਹਿ ਕੇ ਸੈਰ ਮੈਂ ਬੜੀ ਕਰਦਾ। ਅਸੀਂ ਸਹੀ ਨਹੀਂ ਚੱਲਦੇ ਆ। ਪੈਦਲ ਚੱਲਣਾ ਚਾਹੀਦਾ ਪੈਦਲ। ਇਹੀ ਜੇ ਕੰਮ ਮਾੜਾ। ਸਕੂਲ ਵੀ ਪੈਦਲ ਜਾਓ, ਟੋਇਲਟ 'ਚ ਵੀ ਪੈਦਲ ਜਾਓ, ਕਿਚਨ 'ਚ ਵੀ ਪੈਦਲ ਜਾਓ, ਰੂਮ 'ਚ ਵੀ ਪੈਦਲ ਜਾਓ। ਇੰਨਾ ਤੁਰਦੇ ਲਈਦਾ ਫਿਰ ਬਾਅਦ 'ਚੋਂ ਤੁਰਨ ਦੀ ਕੀ ਲੋੜ? ਇਟਸ ਗੁੱਡ ਫਾਰ ਹੈਲਥ। ਮੇਰੀ ਹੈਲਥ ਬਹੁਤ ਵਧੀਆ ਹੈਗੀ ਆ। ਲੋੜ ਨਹੀਂ ਆ। ਦੇਖੋ ਮੈਂ ਇਕਦਮ ਸਿੱਧਾ ਖੜਾ ਹਾਂ, ਮੈਂ ਇਕਦਮ ਸਿੱਧਾ ਖੜਾ ਹਾਂ, ਮੈਂ ਐਕਟਿਵਲੀ ਖੜਾ ਹਾਂ। ਸਹੀ ਹੈ ਨਾ? ਠੀਕ ਹੈ। ਮੇਰੇ ਕੋਲ ਇੱਕ ਸਵਾਲ ਹੈਗਾ। ਉਹ ਇਹ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਬਾਜ਼ਾਰੋਂ ਸਿਰਫ 10 ਰੁਪਏ 'ਚ ਲੈ ਕੇ ਆਉਂਦੇ ਹਾਂ ਲੇਕਿਨ ਉਹਦੇ ਨਾਲ ਪੂਰਾ ਦਾ ਪੂਰਾ ਕਮਰਾ ਭਰ ਜਾਂਦਾ? ਕੀ ਲਾਈਟ ਜਗਾਓ, ਮਾਈਂਡ ਕੀ ਲਾਈਟ ਜਗਾਓ। ਪੱਤੇ? 10 ਰੁਪਏ ਦੇ ਪੱਤੇ ਕਿੱਥੇ ਲਿਆ ਸਕਦੇ ਹੋਰ ਕੀ ਆਪਾਂ ਲਿਆ ਸਕਦੇ 10 ਰੁਪਏ ਦਾ?
ਕੁਝ ਆਂਦਾ ਨਹੀਂ ਅੱਜ ਕੱਲ ਇੰਨੀ ਮਹਿੰਗਾ। ਮੈਂ ਤੁਹਾਨੂੰ ਕਹਿ ਰਿਹਾ ਨਾ ਆਂਦਾ ਹੈ, ਕਿਉਂਕਿ ਮੇਰੇ ਘਰ ਦੇ ਸਿਰਫ ਮੈਨੂੰ 5 ਰੁਪਏ ਚ ਸਕੂਲ ਤੋੜ ਦਿੰਦੇ, ਕਹਿੰਦੇ ਸਕੂਲ ਜਾਓ। ਦੇਖ ਲਓ ਮੀਂਹ ਵੀ ਸ਼ੁਰੂ ਹੋ ਗਿਆ। ਹਾਂ ਗਿੱਲਾ ਕਰਾਓਗੇ ਤੁਸੀਂ? ਨਹੀਂ ਤੇ ਫਿਰ ਕੀ ਹੋ ਗਿਆ, ਗਿੱਲੇ ਗਿੱਲੇ ਦਾ ਕੀ ਹੋ ਗਿਆ, ਘਰੇ ਵੀ ਤੇ ਨਹਾਣਾ ਹੀ ਆ ਜਾ ਕੇ। ਤੁਹਾਨੂੰ ਮੈਂ ਦੱਸਦਾ ਹੈਲਪ। ਅੱਛਾ ਆਪਣੇ ਚਲਾਕ ਹੋ ਤੁਸੀਂ, ਆਪਣੇ ਸ਼ਗਿਰਦ ਰੱਖੇ ਹੋਏ ਨਾਲ? ਹਮੇਸ਼ਾ ਨਾਲ ਹੁੰਦੇ ਆ। ਅੱਛਾ ਜੀ, ਇਹਦਾ ਮਤਲਬ ਇਹਨਾਂ ਦੇ ਹਸਬੈਂਡ ਹੈ? ਠੀਕ ਹੈ, ਫਿਰ ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਇਹਦਾ ਜਵਾਬ ਹੈਗਾ ਆ ਮੋਮਬੱਤੀ ਤੇ ਮਾਚਿਸ। ਜਦੋਂ ਲਿਆਈਦਾ ਤੇ ਘਰ ਦੇ ਵਿੱਚ ਲਾਈਟ ਨਾਲ ਕਮਰਾ ਭਰ ਜਾਂਦਾ ਆ। ਓਹੋ, ਇੱਕ ਤੇ ਮੈਂ ਨਾ ਗੱਡੀ ਮੰਗਵਾਈ ਸੀ ਆਪਣੀ, ਹਜੇ ਤੱਕ ਤੇ ਗੱਡੀ। ਓ ਅੱਛਾ ਅੱਛਾ, ਚਲੋ ਠੀਕ ਹੈ, ਤੁਹਾਡੇ ਤੋਂ ਕੀ ਲੁਕਾਉਣਾ, ਆਪਣੀ ਨੀ ਗੱਡੀ ਕੈਬ ਮੰਗਵਾਈ ਸੀ। ਉਹ ਬੁਲਟ ਮੇਰੇ ਤੋਂ ਚੱਲਿਆ ਨਹੀਂ, ਪੈਰ ਨਹੀਂ ਲੱਗੇ। ਉਹ ਭਾਜੀ ਹੋਰਾਂ ਨੇ ਵੈਸੇ ਹੀ ਖੋਲਿਆ ਸੀ ਚਪੇੜ ਮਾਰ ਕੇ, ਕਹਿੰਦੇ ਵੀ ਛੱਡ ਦੇ ਹੁਣ ਬੁਲਟ, ਬਹੁਤ ਹੋ ਗਿਆ।